ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਹੁਤ ਸਿੱਖਾਂ ਦੇ ਸ਼ੰਕੇ ਨਿਵਰਤ ਕਰਦੇ ਸਨ ਇੱਕ ਦਿਨ ਇੱਕ ਸਬਰਵਾਲ ਗੋਦਾ ਤੀਰਥਾ ਨਾਮੀ ਸਿੱਖ ਗੁਰੂ ਜੀ ਦੇ ਕੋਲ ਆਇਆ ਮੁਕਤੀ ਦੀ ਆਸ ਰੱਖ ਕੇ ਨਮਸਕਾਰ ਕਰਕੇ ਗੁਰੂ ਜੀ ਦੇ ਕੋਲ ਬੈਠ ਗਿਆ ਕਹਿਣ ਲੱਗਾ ਹੇ ਗੁਰੂ ਜੀ ਮੈਂ ਤੁਹਾਡੀ ਸ਼ਰਨ ਆਇਆ ਹਾਂ ਜਿਸ ਕੰਮ ਕਰਨ ਨਾਲ ਮੁਕਤੀ ਪ੍ਰਾਪਤ ਹੋਵੇ ਅਜਿਹੇ ਉਪਦੇਸ਼ ਤੁਸੀਂ ਮੈਨੂੰ ਦਿਓ ਤੁਹਾਡੇ ਪਵਿੱਤਰ ਮੁਖ ਤੋਂ ਜੋ ਬਚਨ ਸੁਣਦੇ ਹਾਂ ਉਹਨਾਂ ਨਾਲ ਸਾਡੇ ਪਾਪ ਦੂਰ ਹੁੰਦੇ ਹਨ ਤੇ ਸਾਡੇ ਚਿੱਤ ਵਿੱਚ ਚੈਨ ਆਉਂਦਾ ਹੈ ਭਾਈ ਤੀਰਥਾ ਦੀ ਗੱਲ ਸੁਣ ਕੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਉਪਦੇਸ਼ ਦਿੱਤਾ ਸੱਚ ਬਰਾਬਰ ਹੋਰ ਕੋਈ ਵਿਸ਼ੇਸ਼ ਪੁੰਨ ਨਹੀਂ ਹੈ ਪਰਮੇਸ਼ਰ ਦਾ ਸੱਚ ਸਰੂਪ ਹੈ ਸੱਚ ਤੋਂ ਹੀ ਸੱਚਾ बसेरा ਮਿਲਦਾ ਹੈ ਦੋਹਾਂ ਲੋਕਾਂ ਵਿੱਚ ਸੱਚਾ ਸੁਖ ਪ੍ਰਾਪਤ ਹੁੰਦਾ ਹੈ ਜਿਹੜੇ ਸੱਚ ਵਿੱਚ ਰੰਗੇ ਹੋਏ ਹਨ ਉਹਨਾਂ ਦਾ ਦੇਵਤੇ ਸਨਮਾਨ ਕਰਦੇ ਹਨ ਸੱਚੇ ਮਨੁੱਖਾਂ ਦਾ ਸਤਿਗੁਰੂ ਸਾਥੀ ਹੁੰਦਾ ਹੈ ਵੱਡੇ ਪੁੰਨ ਤੇ ਸੱਚ ਮੇਲੀ ਹਨ ਸ੍ਰੇਸ਼ਟ ਬੁੱਧੀ ਵਾਲੇ ਵਿਚਾਰ ਸੱਚਾ ਹੀ ਕਹਿੰਦਾ ਹੈ ਤੇ ਇਸ ਤਰ੍ਹਾਂ ਇੱਕ ਸੂਖਮ ਭੇਦ ਲੈ ਲੈਂਦਾ ਹੈ ਜੇ ਸੱਚ ਕਹਿਣ ਨਾਲ ਕਿਸੇ ਦਾ ਬੁਰਾ ਹੋ ਜਾਏ ਉਥੇ ਝੂਠ ਕਹੋ ਸੱਚ ਨੂੰ ਦੂਰ ਰੱਖੋ ਇਸ ਪਰਥਾਈ ਇੱਕ ਸਾਖੀ ਸੁਣੋ ਫਿਰ ਤੁਸੀਂ ਆਪੇ ਹੀ ਨਿਰਣਾ ਕਰ ਲੈਣਾ ਇੱਕ ਸਾਧ ਰਾਜੇ ਦੇ ਦਵਾਰ ਤੇ ਰਹਿੰਦਾ ਸੀ ਉਸਨੇ ਉੱਥੇ ਬੈਠਿਆ ਕਈ ਮਹੀਨੇ ਗੁਜ਼ਾਰੇ ਉਸ ਰਾਜੇ ਦਾ ਪੁੱਤਰ ਵਿਆਹ ਕੇ ਆਇਆ ਤੇ ਸਰਪ੍ਰਕਾਰ ਉਤਸ਼ਾਹ ਵਧਾਇਆ। ਰਾਜਕੁਮਾਰ ਇੱਕ ਕਮਰੇ ਵਿੱਚ ਆਪਣੀ ਪਤਨੀ ਨੂੰ ਲੈ ਕੇ ਸੁੱਤਾ ਹੋਇਆ ਸੀ। ਸੁਖ ਪਾਉਂਦਿਆਂ ਕਾਫੀ ਰਾਤ ਬੀਤ ਗਈ ਪਰ ਰਾਜਕੁਮਾਰ ਦੀ ਪਤਨੀ ਨੂੰ ਨੀਂਦ ਨਾ ਆਈ। ਉਸ ਦੇ ਹਸਰਾਣੇ ਇੱਕ ਤਲਵਾਰ ਰੱਖੀ ਹੋਈ ਸੀ। ਉਹ ਇਸਤਰੀ ਉਸ ਤਲਵਾਰ ਨੂੰ ਹੱਥ ਵਿੱਚ ਫੜ ਕੇ ਵੇਖਣ ਲੱਗ ਪਈ। ਬਹੁਤ ਤਿੱਖੀ ਤਲਵਾਰ ਨੂੰ ਉਸ ਨੇ ਆਪਣੇ ਹੱਥ ਵਿੱਚ ਫੜ ਕੇ ਦੇਖਿਆ। ਉਸ ਦਾ ਪਤੀ ਰਾਜਕੁਮਾਰ ਵੀ ਉਸ ਦੇ ਲਾਗੇ ਹੀ ਸੁੱਤਾ ਪਿਆ ਸੀ ਜਦ ਤਲਵਾਰ ਅਚਾਨਕ ਹੱਥ ਵਿੱਚੋਂ ਡਿੱਗ ਪਈ ਤਾਂ ਉਹ ਰਾਜਕੁਮਾਰ ਦੇ ਪੇਟ ਤੇ ਡਿੱਗ ਕੇ ਅੰਦਰ ਧਸ ਗਈ ਰਾਜੇ ਦਾ ਪੁੱਤਰ ਫੌਰਨ ਮਰ ਗਿਆ ਇਹ ਦੇਖ ਕੇ ਉਹ ਇਸਤਰੀ ਆਪਣੇ ਹਿਰਦੇ ਵਿੱਚ ਬਹੁਤ ਫਿਕਰਮੰਦ ਹੋ ਗਈ ਜਦ ਸਵੇਰ ਹੋਈ ਤੇ ਵੇਖ ਕੇ ਰਾਜੇ ਨੂੰ ਪਤਾ ਲੱਗਾ ਤਾਂ ਉਸ ਇਸਤਰੀ ਨੇ ਸਾਰਿਆਂ ਨੂੰ ਸੁਣਾ ਕੇ ਕਿਹਾ ਇਹ ਜਿਹੜਾ ਸਾਧੂ ਰੂਪ ਧਾਰ ਕੇ ਦਰਵਾਜ਼ੇ ਦੇ ਬਾਹਰ ਬੈਠਾ ਹੈ ਉਸ ਨੇ ਇੱਥੇ ਆ ਕੇ ਮੇਰੇ ਪਤੀ ਨੂੰ ਕਤਲ ਕਰ ਦਿੱਤਾ ਹੈ ਇਹ ਸੁਣ ਕੇ ਰਾਜਾ ਰੋ ਕੇ ਵਿਰਲਾਪ ਕਰਨ ਲੱਗਾ ਤੇ ਸਾਧੂ ਨੂੰ ਫੜ ਕੇ ਬਹੁਤ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਸਾਰਿਆਂ ਨੂੰ ਮਿਲ ਕੇ ਰਾਜੇ ਨੇ ਹਿਰਦੇ ਵਿੱਚ ਵਿਚਾਰ ਕੀਤੀ ਕਿ ਇਸ ਨੂੰ ਮਾਰ ਕੇ ਸਾਡਾ ਪੁੱਤਰ ਜਿਉਂਦਾ ਨਹੀਂ ਹੋ ਸਕਦਾ ਇਸ ਲਈ ਰਾਜੇ ਨੇ ਉਸ ਦਾ ਇੱਕ ਹੱਥ ਕੱਟ ਕੇ ਉਸ ਨੂੰ ਬਾਹਰ ਕੱਢ ਦਿੱਤਾ ਸਾਧੂ ਬਹੁਤ ਕਸ਼ਟ ਪਾ ਕੇ ਚਲਾ ਗਿਆ ਫਿਰ ਜਾ ਕੇ ਸਾਧੂ ਵਿਚਾਰ ਕਰਦਾ ਹੈ ਕਿ ਪ੍ਰਭੂ ਦੇ ਕਾਰਜ ਵਿੱਚ ન્યાਅ ਹੈ ਪਰ ਮੈਂ ਕੋਈ ਪਾਪ ਨਹੀਂ ਕੀਤਾ ਮੈਨੂੰ ਇਹ ਸਜ਼ਾ ਕਿਉਂ ਮਿਲੀ ਹੈ ਮੇਰੇ ਨਾਲ ਪ੍ਰਭੂ ਨੇ ਅਨਿਆਇ ਕੀਤਾ ਹੈ ਇਸ ਤਰ੍ਹਾਂ ਵਿਚਾਰ ਕੇ ਹਿਰਦੇ ਵਿੱਚ ਉਸ ਸਾਧੂ ਨੇ ਬਹੁਤ ਚਿੰਤਾ ਧਾਰਨ ਕੀਤੀ ਉਸ ਨੇ ਕਿਸੇ ਪਾਸੋਂ ਸੁਣਿਆ ਕਿ ਕਾਂਸੀ ਵਿੱਚ ਇੱਕ ਬ੍ਰਾਹਮਣ ਰਹਿੰਦਾ ਹੈ ਜਿਹੜਾ ਮਨੁੱਖਾਂ ਦੇ ਪਿਛਲੇ ਜਨਮ ਦੀ ਸੋਝੀ ਰੱਖਦਾ ਹੈ ਕਰਮ ਦੇ ਫਲ ਦੱਸਣ ਵਾਲੇ ਗ੍ਰੰਥ ਨੂੰ ਪੜ੍ਹਦਾ ਹੈ ਤੇ ਸਭ ਦੇ ਦੁੱਖਾਂ ਸੁੱਖਾਂ ਬਾਰੇ ਦੱਸਦਾ ਹੈ ਸਾਧੂ ਉਸ ਬ੍ਰਾਹਮਣ ਦਾ ਘਰ ਤੇ ਨਾ ਪੁੱਛ ਕੇ ਉਸ ਦੇ ਘਰ ਚਲਾ ਗਿਆ ਉਸ ਸਮੇਂ ਉੱਥੇ ਬ੍ਰਾਹਮਣ ਦੀ ਪਤਨੀ ਬੈਠੀ ਸੀ ਜਦੋਂ ਸਾਧੂ ਨੇ ਉਸ ਨੂੰ ਪੁੱਛਿਆ ਕਿ ਬ੍ਰਾਹਮਣ ਕਿੱਥੇ ਗਿਆ ਹੈ ਤਾਂ ਇਹ ਸੁਣ ਕੇ ਉਸ ਦੀ ਬ੍ਰਾਹਮਣੀ ਨੇ ਹਿਰਦੇ ਵਿੱਚ ਬਹੁਤ ਗੁੱਸਾ ਕੀਤਾ ਕੁਝ ਉਸ ਨੇ ਆਪਣੇ ਪਤੀ ਨੂੰ ਗਾਲਾਂ ਕੱਢੀਆਂ ਇਕੋ ਲੈਣੀ ਨੇ ਸਾਧੂ ਨੂੰ ਬਹੁਤ ਕਠੋਰ ਵਾਕ ਕਹੇ ਸਾਧੂ ਇਹ ਵੇਖ ਕੇ ਬਹੁਤ ਹੈਰਾਨ ਹੋਇਆ ਤੇ ਵਿਚਾਰ ਕੀਤੀ ਕਿ ਬ੍ਰਾਹਮਣ ਦੀ ਇਹ ਪਤਨੀ ਕੈਸੀ ਹੈ ਬ੍ਰਾਹਮਣ ਬਾਰੇ ਤਾਂ ਮੈਂ ਸੁਣਿਆ ਹੈ ਕਿ ਬਹੁਤ ਉਤਮ ਮਨੁੱਖ ਹੈ ਪਰ ਇਹ ਉਸ ਦੀ ਪਤਨੀ ਕੈਸੀ ਹੈ ਜਦੋਂ ਉਹ ਦਰਵਾਜ਼ੇ ਦੇ ਬਾਹਰ ਖੜ੍ਹਾ ਸੀ ਤਾਂ ਬ੍ਰਾਹਮਣ ਆ ਗਿਆ ਉਸ ਨੂੰ ਆਪਣਾ ਉਸ ਨੇ ਸਾਰਾ ਪ੍ਰਸੰਗ ਸੁਣਾਇਆ ਫਿਰ ਉਸ ਬ੍ਰਾਹਮਣ ਦੀ ਔਰਤ ਬਾਰੇ ਉਸ ਨੇ ਗੱਲ ਕੀਤੀ ਤੇ ਪੁੱਛਿਆ ਉਹ ਲਗਾਤਾਰ ਗਾੜਾ ਘੱਡੀ ਜਾਂਦੀ ਹੈ ਪੰਡਤ ਨੇ ਬੈਠ ਕੇ ਆਪਣੇ ਵਿਚਾਰ ਸੁਣਾਏ ਤੁਸੀਂ ਉਹ ਕਾਰਨ ਸੁਣੋ ਜਿਸ ਕਰਕੇ ਤੁਸੀਂ ਇੱਥੇ ਆਏ ਹੋ ਪਿਛਲੇ ਜਨਮ ਵਿੱਚ ਤੁਸੀਂ ਬ੍ਰਾਹਮਣ ਸੀ ਜਲ ਦੇ ਕੰਡੇ ਬੈਠ ਕੇ ਤੁਸੀਂ ਇਸ਼ਨਾਨ ਕੀਤਾ ਤੁਸੀਂ ਆਪਣੇ ਇੱਕ ਹੱਥ ਵਿੱਚ ਮਾਲਾ ਫੜੀ ਹੋਈ ਸੀ ਤੇ ਤੁਸੀਂ ਮਾਲਾ ਫੇਰ ਰਹੇ ਸਨ ਉਸ ਨੂੰ ਥੋੜਾ ਉੱਚਾ ਚੁੱਕਿਆ ਹੋਇਆ ਸੀ ਤੇ ਉੱਚਾ ਚੁੱਕ ਕੇ ਮਾਲਾ ਫੇਰ ਰਹੇ ਸੀ ਤਾਦੇ ਇੱਕ ਡਰਦੀ ਮਾਰੀ ਗਾਂ ਤੁਹਾਡੇ ਸਾਹਮਣੇ ਆਈ ਤੇ ਅੱਗੋਂ ਲੰਘ ਕੇ ਅੱਗੇ ਚਲੀ ਗਈ ਉਸ ਦੇ ਪਿੱਛੇ ਇੱਕ ਦੁਸ਼ਟ ਕਸਾਈ ਲੱਗਿਆ ਹੋਇਆ ਸੀ ਉਸ ਨੇ ਆ ਕੇ ਤੁਹਾਨੂੰ ਪੁੱਛਿਆ ਇਸ ਪਾਸੇ ਕੋਈ ਗਾਂ ਗਈ ਸੀ ਤੁਸੀਂ ਚੁੱਪ ਰਹੇ মুখ ਤੋਂ ਕੁਝ ਨਾ ਬੋਲੇ ਪਰ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਦੱਸ ਦਿੱਤਾ ਕਿ ਇੱਧਰ ਗਈ ਹੈ ਉਸ ਕਸਾਈ ਨੇ ਉਸ ਵਿਚਾਰੀ ਗਾਂ ਨੂੰ ਜਾ ਕੇ ਫੜ ਲਿਆ ਤੇ ਆਪਣੇ ਘਰ ਲੈ ਜਾ ਕੇ ਉਸ ਨੂੰ ਮਾਰ ਦਿੱਤਾ ਪਿਛਲੇ ਜਨਮਾਂ ਦੇ ਪੁੰਨ ਕਰਕੇ ਉਸ ਕਸਾਈ ਨੇ ਰਾਜੇ ਦੇ ਘਰ ਉਸ ਦੇ ਪੁੱਤਰ ਦੇ ਰੂਪ ਵਿੱਚ ਜਨਮ ਲੈ ਲਿਆ ਇੱਕ ਰਾਜੇ ਦੀ ਲੜਕੀ ਨੇ ਗਾਂ ਦਾ ਸਰੀਰ ਧਾਰਨ ਕੀਤਾ ਬਦਲੇ ਹਿੱਤ ਉਹਨਾਂ ਦਾ ਭਾਵ ਕਸਾਈ ਤੇ ਗਾਂ ਦਾ ਪਤੀ ਪਤਨੀ ਵਜੋਂ ਸੰਜੋਗ ਬਣਾ ਦਿੱਤਾ ਉਸ ਇਸਤਰੀ ਨੇ ਫਿਰ ਰਾਜੇ ਦੇ ਪੁੱਤ ਨੂੰ ਮਾਰ ਦਿੱਤਾ ਡਰਦੀ ਮਾਰੀ ਨੇ ਤੁਹਾਡਾ ਨਾਂ ਲਾ ਦਿੱਤਾ ਤੁਸੀਂ ਜਿਸ ਹੱਥ ਦੇ ਇਸ਼ਾਰੇ ਨਾਲ ਗਾਂ ਦਾ ਪਤਾ ਦੱਸਿਆ ਸੀ ਉਸ ਦੇ ਫਲ ਵਜੋਂ ਤੁਹਾਡਾ ਹੱਥ ਕਟਿਆ ਗਿਆ ਹੈ ਪ੍ਰਭੂ ਕਦੇ ਵੀ ਅਨਿਆਇ ਨਹੀਂ ਕਰਦਾ ਜਿਸ ਤਰ੍ਹਾਂ ਕੋਈ ਕਰਮ ਕਰਦਾ ਹੈ ਉਸ ਤਰ੍ਹਾਂ ਦਾ ਹੀ ਫਲ ਉਸ ਨੂੰ ਦਿੰਦਾ ਹੈ ਮੇਰੀ istri ਦਾ ਵੀ ਪ੍ਰਸੰਗ ਸੁਣ ਲਓ ਤੇ ਚਿੱਤ ਵਿੱਚ ਕਿਸੇ ਪ੍ਰਕਾਰ ਦਾ ਵੀ ਸੰਸਾ ਨਾ ਕਰੋ ਮੈਂ ਪਿਛਲੇ ਜਨਮ ਵਿੱਚ ਕਾਂ ਸੀ ਤੇ ਮੇਰੀ ਪਤਨੀ ਨੇ ਗਧੇ ਦੀ ਜੋਨ ਪਾਈ ਸੀ ਉਸ ਦੀ ਪਿੱਠ ਤੇ ਇੱਕ ਬਹੁਤ ਵੱਡਾ ਜ਼ਖਮ ਸੀ ਜ਼ਖਮ ਵੇਖ ਕੇ ਮੈਂ ਆਪਣੀ ਚੰਜ ਉਸ ਵਿੱਚ ਮਾਰੀ ਮੇਰੀ ਚੰਜ ਉਸ ਦੀ ਹੱਡੀ ਵਿੱਚ ਫਸ ਗਈ ਤੇ ਨਿਕਲਦੀ ਨਹੀਂ ਸੀ ਤਕਲੀਫ ਹੋਣ ਕਰਕੇ ਉਹ ਗੰਗਾ ਦੇ ਜਲ ਵਿੱਚ ਪਰਵੇਸ਼ ਕਰ ਗਈ ਜਿਵੇਂ ਜਿਵੇਂ ਪੀੜ ਵਧਦੀ ਜਾਂਦੀ ਸੀ ਉਹ ਪਾਣੀ ਵਿੱਚ ਹੋਰ ਅੱਗੇ ਅੱਗੇ ਵਧਦੀ ਜਾਂਦੀ ਸੀ ਜਿਵੇਂ ਜਿਵੇਂ ਮੈਂ ਆਪਣੀ ਚੰਜ ਕੱਢਣ ਦਾ ਯਤਨ ਕਰ ਰਿਹਾ ਸੀ ਤਿਵੇਂ-ਤਿਵੇਂ ਉਹ ਦੁਖੀ ਹੋ ਕੇ ਪਾਣੀ ਵਿੱਚ ਘੁੱਸਦੀ ਜਾਂਦੀ ਸੀ ਜਿੱਥੇ ਪਾਣੀ ਦੀ ਬੜੀ ਗੰਭੀਰ ਧਾਰਾ ਵਹਿ ਰਹੀ ਸੀ ਉਹ ਉੱਥੇ ਚਲੀ ਗਈ ਮੇਰੀ ਚਾਂਜ ਉਸ ਦੀ ਹੱਡੀ ਵਿੱਚ ਫਸੀ ਰਹਿ ਗਈ ਪਾਣੀ ਦੇ ਵੱਡੇ ਪ੍ਰਵਾਹ ਵਿੱਚ ਦੋਨੋਂ ਵਹਿ ਗਏ ਦੋਵਾਂ ਨੇ ਡੁੱਬ ਕੇ ਸਰੀਰ ਤਿਆਗ ਦਿੱਤਾ ਗੰਗਾ ਦਾ ਜਲ ਹੋਣ ਕਰਕੇ ਇਹ ਫਲ ਮਿਲਿਆ ਕਿ ਦੋਵਾਂ ਨੇ ਬ੍ਰਾਹਮਣ ਦੇ ਘਰ ਵਿੱਚ ਜਨਮ ਲੈ ਲਿਆ ਫਿਰ ਸਾਡਾ ਦੋਹਾਂ ਦਾ ਇਹ ਸੰਬੰਧ ਹੋ ਗਿਆ ਪਿਛਲੇ ਜਨਮ ਵਿੱਚ ਮੈਂ ਇਸ ਨੂੰ ਬਹੁਤ ਦੁੱਖ ਦਿੱਤਾ ਸੀ ਇਸ ਕਰਕੇ ਹੁਣ ਇਹ ਕਠੋਰ ਬਚਨ ਬੋਲ ਕੇ ਮੈਨੂੰ ਦੁਖੀ ਕਰਦੀ ਹੈ ਇਸ ਲਈ ਪਿਛਲੇ ਕਰਮਾਂ ਦਾ ਫਲ ਮੈਂ ਪਾ ਰਿਹਾ ਹਾਂ ਇਹ ਸੁਣ ਕੇ ਫਿਰ ਸਾਧੂ ਨੂੰ ਨਿਸ਼ਚਾ ਹੋ ਗਿਆ ਬਿਨਾਂ ਕਰਮਾਂ ਤੋਂ ਦੁੱਖ ਸੁੱਖ ਨਹੀਂ ਮਿਲਦਾ ਗੁਰੂ ਜੀ ਨੇ ਕਿਹਾ ਬ੍ਰਾਹਮਣ ਨੇ ਸੱਚ ਕਿਹਾ ਹੈ ਗਾਂ ਬਾਰੇ ਦੱਸਣ ਨਾਲ ਹੀ ਮੈਂ ਇਹਨਾਂ ਦੁੱਖ ਪਾਇਆ ਹੈ ਜਿਸ ਹੱਥ ਨਾਲ ਇਸ਼ਾਰਾ ਕਰਕੇ ਮੈਂ ਗਾਂ ਬਾਰੇ ਦੱਸਿਆ ਸੀ ਉਸ ਹੱਥ ਨੂੰ ਕੱਟਣ ਨਾਲ ਮੈਨੂੰ ਪੀੜ ਪ੍ਰਾਪਤ ਹੋਈ ਹੈ ਪਿਛਲੇ ਜਨਮ ਦਾ ਫਲ ਮਿਟਿਆ ਨਹੀਂ ਜਿਵੇਂ ਸੀਤਾ ਨੇ ਜੰਗਲ ਵਿੱਚ ਰਹਿ ਕੇ ਦੁੱਖ ਪਾਇਆ ਸੀ ਜਿਸ ਦੇ ਸੱਚ ਕਿਹਾ ਇਹ ਗੱਲ ਹੋ ਜਾਵੇ ਕਿ ਗੁਰੂ ਬ੍ਰਾਹਮਣ ਸੰਤ ਤੇ ਗਉ ਦੁੱਖ ਪਾਉਣ ਇਸ ਲਈ ਇਸ ਤਰ੍ਹਾਂ ਦਾ ਸੱਚ ਮਨੁੱਖ ਨੂੰ ਨਰਕਾਂ ਵਿੱਚ ਸੁੱਟ ਦਿੰਦਾ ਹੈ ਚੰਗੀ ਮਤ ਵਾਲੇ ਐਸੇ ਸੱਚ ਦਾ ਕਦੇ ਵੀ ਉਚਾਰਨ ਨਹੀਂ ਕਰਦੇ ਜਿਸ ਸੱਚ ਤੋਂ ਪ੍ਰਾਣੀ ਦੁਖੀ ਹੋਵੇ ਚਤੁਰ ਮਨੁੱਖ ਵਿਚਾਰ ਕਰਕੇ ਉਹ ਸੱਚ ਕਦੇ ਨਾ ਕਹੇ ਔਰ ਸਾਰੇ ਕਾਰੋਬਾਰ ਕਰਦੇ ਸਮੇ ਸੁਖ ਪਾਉਣ ਹਿੱਤ ਸਦਾ ਹੀ ਸੱਚ ਦਾ ਉਚਾਰਨ ਕਰੇ ਝੂਠ ਵਰਗਾ ਹੋਰ ਕੋਈ ਪਾਪ ਨਹੀਂ ਹੈ ਜਿਹੜੇ ਗੁਰਸੇਖਨ ਉਹ ਕਦੇ ਵੀ ਝੂਠ ਨਹੀਂ ਬੋਲਦੇ ਜਿਸ ਝੂਠ ਨਾਲ ਪ੍ਰਾਣੀ ਦਾ ਮਰਨ ਤੋਂ ਛੁਟਕਾਰਾ ਹੋ ਜਾਵੇ ਜਾਂ ਗਲ ਪਿਆ ਕੋਈ ਸੰਕਟ ਖਤਮ ਹੋ ਜਾਵੇ ਉਥੇ ਝੂਠ ਸੱਚ ਦੇ ਬਰਾਬਰ ਹੈ ਪ੍ਰਾਪਲਾ ਹੁੰਦਾ ਹੋਵੇ ਤਾਂ ਝੂਠ ਕਹਿ ਦਿਓ ਜਦ ਭਾਈ ਤੀਰਥ ਨੇ ਗੁਰੂ ਜੀ ਦੇ ਅਜੇਹ ਬਚਨ ਸੁਣੇ ਆ ਮਾਨ ਵਿੱਚ ਮੰਨ ਕੇ ਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਕਮਾਈ ਕਰਨ ਲੱਗ ਪਿਆ ਸੱਚ ਬੋਲ ਕੇ ਉਸ ਨੇ ਪਰਮ ਗਤੀ ਪ੍ਰਾਪਤ ਕੀਤੀ ਤੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਪਿਆ ਰਿਹਾ ਭਾਈ ਵਿਸ਼ਨ ਦਾਸ ਭਾਈ ਮਾਨਕ ਚੰਦ ਤੇ ਭਾਈ ਪੂਰੋ ਤਿੰਨੋਂ ਹੀ ਗੁਰੂ ਜੀ ਦੇ ਹਜ਼ੂਰੀ ਵਿੱਚ ਇੱਕ ਦਿਨ ਆ ਗਏ ਉਹਨਾਂ ਨੇ ਗੁਰੂ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ ਤੇ ਬੈਠ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਸਾਨੂੰ ਜਨਮ ਮਰਨ ਤੋਂ ਬਚਾ ਲੋ ਪਰਿਵਾਰ ਸਾਹਿਤ ਸਾਡਾ ਕਲਿਆਣ ਹੋ ਜਾਏ ਇਸ ਤਰ੍ਹਾਂ ਸਾਨੂੰ ਕੋਈ ਮਹਾਨ ਉਪਦੇਸ਼ ਦਿਓ ਸ੍ਰੀ ਗੁਰੂ ਰਾਮਦਾਸ ਜੀ ਨੇ ਫਿਰ ਬਚਨ ਕੀਤੇ ਤੁਸੀਂ ਗੁਰੂ ਜੀ ਦੇ ਸਿੱਖਾਂ ਦੀ ਸੇਵਾ ਕਰਿਆ ਕਰੋ ਪਤਨੀ ਪੁੱਤਰ ਪੁਤਰੀ ਨੂੰ ਸਿਖਿਆ ਦਿਓ ਉਹਨਾਂ ਨੂੰ ਕਹਿ ਕੇ ਸਿੱਖਾਂ ਦੀ ਸੇਵਾ ਕਰਵਾਓ ਆਪਣੇ ਆਪ ਨੂੰ ਇਸ ਤਰ੍ਹਾਂ ਸਮਝੋ ਅਸੀਂ ਵਾਹਿਗੁਰੂ ਦੇ ਸੇਵਕ ਹਾਂ ਉਸੇ ਤਰ੍ਹਾਂ ਪੁੱਤਰ ਪੁਤਰੀ ਗੁਰੂ ਜੀ ਦੇ ਪਾਸ ਸੇਵਕ ਹਨ ਜਿਵੇਂ ਖਸਮ ਦੇ ਘਰ ਘੋੜਾ ਹੈ ਜਦੋਂ ਨੌਕਰ ਚੜ ਕੇ ਆ ਕੇ ਖਸਮ ਨੂੰ ਦੇ ਜਾਂਦਾ ਹੈ ਤਾਂ ਉਸਦੇ ਸਾਰੇ ਫਿਕਰ ਖਤਮ ਹੋ ਜਾਂਦੇ ਹਨ ਤਦ ਸਾਰੀ ਚਿੰਤਾ ਖਸਮ ਦੀ ਹੀ ਰਹਿ ਜਾਂਦੀ ਹੈ ਕੋੜੇ ਦੇ ਖਾਣ ਪੀਣ ਦਾ ਫਿਰ ਉਹੋ ਹੀ ਫਿਕਰ ਕਰਦਾ ਹੈ ਇਸ ਲਈ ਆਪਣਾ ਸਾਰਾ ਪਰਿਵਾਰ ਸਤਿਗੁਰੂ ਜੀ ਦੇ ਦਰਬਾਰ ਨੂੰ ਸੌਂਪ ਦਿਓ ਉਹਨਾਂ ਨਾਲ ਆਪਣੀ ਆਪਣਤ ਛੱਡ ਦਿਓ ਤੁਸੀਂ ਇਹ ਜਾਣੋ ਕਿ ਇਹ ਸਾਰਾ ਇੱਕ ਬੇੜੀ ਦਾ ਪੂਰ ਹੈ ਤਦ ਫੇਰ ਸਤਿਗੁਰੂ ਜੀ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਸਾਰੇ ਪਰਿਵਾਰ ਦਾ ਨਿਰਭਾ ਕਰਨ ਭਲੀ ਪ੍ਰਕਾਰ ਭੋਜਨ ਵਸਤਰ ਪਹੁੰਚਾਉਣ ਤੇ ਮੁਕਤੀ ਦੇ ਕੇ ਸਾਰੇ ਕਸ਼ਟ ਦੂਰ ਕਰ ਦੇਣ ਭਾਈ ਬਿਸ਼ਨ ਦਾਸ ਭਾਈ ਮਾਨਕ ਚੰਦ ਤੇ ਭਾਈ ਪੂਰੋ ਗੁਰੂ ਜੀ ਦੇ ਇਹ ਸੁੰਦਰ ਉਪਦੇਸ਼ ਨੂੰ ਸੁਣ ਕੇ ਚੰਗੇ ਮਨ ਨਾਲ ਗੁਰੂ ਜੀ ਦੇ ਬਚਨ ਕਮਾਉਣ ਲੱਗੇ ਤੇ ਅੰਤ ਸਮੇਂ ਕਲਿਆਣ ਪ੍ਰਾਪਤ ਕੀਤਾ ਇਸੇ ਪ੍ਰਕਾਰ ਭਾਈ ਪਦਾਰਥ ਭਾਈ ਤਾਰੂ ਤੇ ਭਾਈ ਪਾਰੂ ਤੇਨੇ ਸੇਖ ਗੁਰੂ ਜੀ ਦੇ ਦਵਾਰੇ ਚੱਲ ਕੇ ਆਈ ਗੁਰੂ ਜੀ ਦੇ ਅੱਗੇ ਬਹੁਤ ਵੱਡਾ ਦੀਵਾਨ ਲੱਗਾ ਹੋਇਆ ਸੀ ਮਹਾਨ ਕਥਾ ਕੀਰਤਨ ਹੋ ਰਿਹਾ ਸੀ ਗੁਰੂ ਜੀ ਦੇ ਬਚਨ ਸੁਣ ਕੇ ਹਿਰਦੇ ਵਿੱਚ ਡਰ ਗਏ ਤੇ ਹੱਥ ਜੋੜ ਕੇ ਬੇਨਤੀ ਕੀਤੀ ਅਸੀਂ ਪਰਿਵਾਰ ਗੁਰੂ ਜੀਵੇਂਆਂ ਵਿੱਚ ਬਹੁਤ ਫਸੇ ਹੋਏ ਹਾਂ ਗੁਰੂ ਜੀ ਦੇ ਸ਼ਬਦ ਦਾ ਪੜ੍ਹਨਾ ਸੁਣਨਾ ਸਾਨੂੰ ਮਿਲਦਾ ਨਹੀਂ ਕਦੇ ਵੀ ਸਤਸੰਗਤ ਵਿੱਚ ਨਹੀਂ ਆਉਂਦੇ ਹਾਂ اے ਗੁਰੂ ਜੀ ਸਾਡਾ ਉਦਾਰ ਕਿਵੇਂ ਹੋਏਗਾ ਹੁਣ ਤੁਹਾਡੀ ਸ਼ਰਨਾ ਆ ਕੇ ਪਏ ਹਾਂ ਤੁਸੀਂ ਸਾਡਾ ਕਲਿਆਣ ਕਰੋ ਗੁਰੂ ਰਾਮਦਾਸ ਜੀ ਨੇ ਫਿਰ ਬਚਨ ਕੀਤੇ ਵਾਹਿਗੁਰੂ ਨੇ ਜਿਨ੍ਹਾਂ ਪ੍ਰਾਣੀਆਂ ਨੂੰ ਬਣਾਇਆ ਹੈ ਪਹਿਲਾਂ ਹੀ ਸਭ ਵਾਸਤੇ ਭੋਜਨ ਤਿਆਰ ਕਰਦਾ ਹੈ ਇਸ ਕਰਕੇ ਹੁਣ ਤੁਸੀਂ ਗੁਰੂ ਜੀ ਦੇ ਦੁਆਰੇ ਤੇ ਬੈਠੋ ਹਿਰਦੇ ਵਿੱਚ ਸਿਧਕ ਧਾਰਨ ਕਰੋ ਤੇ ਕਦੇ ਵੀ ਡੋਲੋ ਨਾ ਆਪਣੇ ਮਨ ਵਿੱਚ ਵਾਹਿਗੁਰੂ ਦਾ ਸਿਮਰਨ ਕਰੋ ਤੁਹਾਡੇ ਜਿੰਨੇ ਵੀ ਸੰਬੰਧੀ ਹਨ ਗੁਰੂ ਸਾਰਿਆਂ ਨੂੰ ਉਥੇ-ਉਥੇ ਰੋਜ਼ੀ ਪਹੁੰਚਾਉਣਗੇ ਤੁਹਾਡਾ ਰਿਜ਼ਕ ਗੁਰੂ ਇੱਥੇ ਹੀ ਦੇਣਗੇ ਜਨਮ ਸੁਧਾਰੋ ਤੇ ਇਸ ਦੀ ਪਰਖ ਕਰੋ ਇਹ ਸੁਣ ਕੇ ਤਿੰਨਾ ਨੇ ਆਪਣੇ ਪੁੱਤਰ ਬੁਲਾ ਲਏ ਤੇ ਕਿਹਾ ਤੁਸੀਂ ਹੁਣ ਜਵਾਨ ਹੋ ਗਏ ਹੋ ਹੁਣ ਆਪਣੇ ਲਈ ਕਿਰਤ ਨਿਰਧਾਰਤ ਕਰੋ ਹੁਣ ਆਪਣੇ ਘਰ ਦੇ ਸਾਰੇ ਕੰਮ ਕਾਜ ਨੂੰ ਤੁਸੀਂ ਸੰਭਾਲੋ ਉਦਮ ਨਾਲ ਕੰਮ ਕਾਜ ਕਰੋ ਤੇ ਜਿੰਨਾ ਵੀ ਫਾਇਦਾ ਹੋਵੇ ਉਹਨਾਂ ਹੀ ਗੁਰੂ ਜੀ ਦਾ ਦਸਵੰਦ ਕੱਢੋ ਤੁਹਾਡੇ ਘਰ ਜਿਹੜੇ ਸਿੱਖ ਹੋਣ ਉਹਨਾਂ ਦੀ ਸੇਵਾ ਕਰੋ ਅਸੀਂ ਹੁਣ ਗੁਰੂ ਜੀ ਦੇ ਦੁਆਰੇ ਹੀ ਰਹਾਂਗੇ ਪਾਣੀ ਢੋ ਕੇ ਪੱਖਾ ਚੱਲ ਕੇ ਸੇਵਾ ਦੀ ਕਮਾਈ ਕਰਾਂਗੇ ਸਤ ਸੰਗਤ ਕਰਕੇ ਸੇਵਾ ਵਿੱਚ ਆਪਣੇ ਮਨ ਨੂੰ ਲਾਵਾਂਗੇ ਕਥਾ ਕੀਰਤਨ ਸੁਣ ਕੇ ਆਨੰਦ ਲਵਾਂਗੇ ਤਾਂ ਸਾਨੂੰ ਬਹੁਤ ਉੱਚਾ ਕਲਿਆਣ ਪ੍ਰਾਪਤ ਹੋਏਗਾ ਇਸ ਤਰ੍ਹਾਂ ਤੁਹਾਡਾ ਵੀ ਕਲਿਆਣ ਹੋ ਜਾਏਗਾ ਇਸ ਤਰ੍ਹਾਂ ਉਹਨਾਂ ਨੇ ਆਪਣੇ ਪਰਿਵਾਰ ਨੂੰ ਸਿੱਖਿਆ ਦਿੱਤੀ ਗੁਰੂ ਜੀ ਦੀ ਬੜੀ ਸੇਵਾ ਕਰਨ ਲੱਗ ਪਏ ਤੇ ਅੰਤ ਦੀ ਵਾਰ ਉਹਨਾਂ ਨੇ ਮੁਕਤੀ ਪ੍ਰਾਪਤ ਕੀਤੀ ਸਤਿਗੁਰੂ ਜੀ ਦੇ ਸਰੀਰ ਵਿੱਚ ਹੀ ਸਮਾ ਗਏ ਤੇ ਉਹਨਾਂ ਨੇ ਆਪਣੇ ਜਨਮ ਮਰਨ ਦੇ ਬੰਧਨ ਕੱਟ ਲਏ ਸੁਸਾ ਸਾਗਤ ਜੀ ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਆਰਾਮਦਾਸ ਜੀ ਸਿੱਖਾਂ ਨੂੰ ਉਪਦੇਸ਼ ਦੇ ਕੇ ਉਹਨਾਂ ਨੂੰ ਨਿਹਾਲ ਕਰਦੇ ਸਨ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਬਖਸ਼ੀਂ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ